ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤਾਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਐਂਡ ਅੱਜ ਆਪਾਂ ਕੈਂਪ ਕੀਤਾ ਸੀ ਤੇ ਸਾਨੂੰ ਕੈਂਪ ਵਿੱਚ ਸਭ ਤੋਂ ਪਹਿਲਾਂ ਆਪਾਂ ਆਪਣੇ ਆਪ ਨੂੰ ਚਾਰ ਕੁਐਸਚਨ ਕੀਤੇ ਸੀ ਜਿਹਦੇ ਵਿੱਚ ਪਹਿਲਾ ਕੁਐਸਚਨ ਹੈਗਾ ਸੀ ਕਿ ਜਿਹੜੇ ਸਾਡੇ ਹੈਬਿਟਸ ਐਂਡ ਬਿਹੇਵੀਅਰਸ ਹੈਗੇ ਉਹਦੇ ਉਹਨਾਂ ਵਿੱਚ ਸਿੱਖੀ ਕੰਟੇਨ ਉਹਨਾਂ ਵਿੱਚ ਸਿੱਖੀ ਹੈਗੀ ਹੈ ਤੇ ਦੂਜਾ ਹੈਗਾ ਸੀ ਜਿਹੜੇ ਆਪਾਂ ਜਿਹੜੇ ਆਪਾਂ ਗੱਲਾਂ ਕਰਦੇ ਹਾਂ ਜਾਂ ਜਿਹੜੇ ਆਪਾਂ ਸ਼ਬਦ ਵਰਤਦੇ ਹਾਂ ਉਹਨਾਂ ਵਿੱਚ ਸਿੱਖੀ ਹੈਗੀ ਹੈ ਤੇ ਤੀਜਾ ਹੈਗਾ ਸੀ ਜਿਹੜੀ ਆਪਾਂ ਰੋਜ਼ ਕੰਮ ਕਰਦੇ ਹਾਂ ਉਹਨਾਂ ਵਿੱਚ ਸਿੱਖੀ ਹੈਗੀ ਹੈ ਜਿੱਦਾਂ ਕਿ ਲਾਈਕ ਆਪਾਂ ਲਾਈਕ ਪਾਠ ਕਰਦੇ ਹਾਂ ਜਾਂ ਕੁਛ ਨਾ ਕੁਛ ਲਾਈਕ ਮੂਲ ਮੰਤਰ ਕਰਦੇ ਹਾਂ ਇੱਦਾਂ ਜਿਹੜਾ ਚੌਥਾ ਹੈਗਾ ਸੀ ਕਿ ਜਿਹੜੇ ਸਾਡੇ ਫਰੈਂਡਸ ਵਿੱਚ ਹੈਗੇ ਫਰੈਂਡ ਸਰਕਲ ਹੈਗਾ ਉਹਨਾਂ ਵਿੱਚ ਸਿੱਖੀ ਹੈਗੀ ਹੈ ਜਿਹਨੇ ਐਂਡ ਫਿਰ ਆਪਾਂ ਅੱਜ ਫਿਰ ਦੋ ਮੇਨ ਚੀਜ਼ਾਂ ਸਬਜੈਕਟਸ ਦੇ ਬਾਰੇ ਗੱਲ ਕਰਨੀ ਸੀ ਐਂਡ ਪਹਿਲਾ ਹੈਗਾ ਸੀ ਸਟੱਡੀ ਬਾਰੇ ਐਂਡ ਫਿਰ ਦੂਜਾ ਹੈਗਾ ਸੀ ਆਪਣੇ ਫਰੈਂਡਸ ਦੇ ਬਾਰੇ ਪਰ ਆਪਾਂ ਪਹਿਲਾ ਸਬਜੈਕਟ ਹੀ ਕੀਤਾ ਸੀ ਕਿ ਸਟੱਡੀ ਬਾਰੇ ਐਂਡ ਫਿਰ ਜਦੋਂ ਆਪਾਂ ਸਟੱਡੀ ਵਿੱਚ ਬਾਰੇ ਗੱਲ ਕਰਦੇ ਵੀ ਸੀ ਉਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਇੱਕ ਕੁਐਸਚਨ ਪੁੱਛਿਆ ਸੀ ਕਿ ਸਭ ਤੋਂ ਬੈਸਟ ਵੇਲਾ ਕੀ ਹੁੰਦਾ ਹੈ ਕਦੋਂ ਹੁੰਦਾ ਕਿ ਪੜ੍ਹਨ ਵਾਸਤੇ ਅਤੇ ਸਾਨੂੰ ਕਿੰਨੀ ਦੇਰ ਵਾਸਤੇ ਪੜ੍ਹਨਾ ਚਾਹੀਦਾ ਉਹਦੇ ਵਿੱਚ ਆਪਾਂ ਸਿੱਖਿਆ ਸੀ ਕਿ ਸਭ ਸਾਨੂੰ ਇੱਕ ਘੰਟਾ ਸਿੱਧਾ ਪੜ੍ਹਨਾ ਚਾਹੀਦਾ ਐਂਡ ਉਸ ਤੋਂ ਬਾਅਦ ਸਾਨੂੰ 15 ਮਿੰਟ ਬ੍ਰੇਕ ਲੈਣੀ ਚਾਹੀਦੀ ਹੈ ਅਤੇ ਜਦੋਂ ਆਪਾਂ ਪੜ੍ਹਦੇ ਹਾਂ ਸਾਨੂੰ ਇਹ ਜਿਹੜੀ ਸਾਡੇ ਕੋਲ ਡਿਸਟਰੈਕਸ਼ਨਸ ਹੈਗੀ ਜਿੱਦਾਂ ਦਾ ਫੋਨ ਜਾਂ ਕੁਛ ਇੱਦਾਂ ਦਾ ਉਹ ਸਾਡੇ ਸਾਨੂੰ ਆਪਣੇ ਆਪ ਤੋਂ ਦੂਰ ਰੱਖਣਾ ਚਾਹੀਦਾ ਅਤੇ ਕਿ ਫਿਰ ਆਪਾਂ ਡਿਸਟਰੈਕਟ ਨਹੀਂ ਹੋਵਾਂਗੇ ਅਤੇ ਸਾਨੂੰ ਇੱਕ ਆਪਣੇ ਕੁਆਇਟ ਪਲੇਸ ਵਿੱਚ ਬੈਠ ਕੇ ਪੜ੍ਹਨਾ ਚਾਹੀਦਾ ਲਾਈਕ ਟੀ ਵੀ ਦੇ ਅੱਗੇ ਵੀ ਬੈਠ ਕੇ ਪੜ੍ਹਨਾ ਚਾਹੀਦਾ ਸਾਨੂੰ ਜਸਟ ਆਪਣੇ ਕਮਰੇ ਵਿੱਚ ਉੱਥੇ ਪੜ੍ਹਨਾ ਚਾਹੀਦਾ ਕਿਉਂਕਿ ਉੱਥੇ ਸਭ ਤੋਂ ਕੁਆਇਟ ਹੁੰਦਾ ਐਂਡ ਫਿਰ ਉਸ ਤੋਂ ਬਾਅਦ ਆਪਾਂ ਗੱਲ ਕੀਤੀ ਸੀ ਕਿ ਦੋ ਤਰ੍ਹਾਂ ਦੇ ਸਟੂਡੈਂਟਸ ਹੁੰਦੇ ਆ ਇੱਕ ਹੁੰਦੇ ਆ ਕਿ ਜਿਹੜੇ ਛੇਤੀ ਉੱਠਦੇ ਆ ਅਤੇ ਸਵੇਰ ਪੜ੍ਹਦੇ ਆ ਜਿਹੜੇ ਦੂਜੇ ਹੁੰਦੇ ਆ ਉਹ ਲੇਟ ਉੱਠਦੇ ਆ ਅਤੇ ਉਹ ਰਾਤ ਨੂੰ ਦੇਰ ਤੱਕ ਪੜ੍ਹਦੇ ਰਹਿੰਦੇ ਆ ਐਂਡ ਇਹਦੇ ਅਤੇ ਫਿਰ ਆਪਾਂ ਕੀਤਾ ਸੀ ਕਿ ਸਾਡੀ ਇੰਡੀਵਿਜੁਅਲ ਕਪੈਸਿਟੀ ਜਿਹੜੀ ਹੈਗੀ ਹੈ ਪੜ੍ਹਨ ਦੀ ਸਾਰਿਆਂ ਦੀ ਵੱਖਰੀ ਵੱਖਰੀ ਹੁੰਦੀ ਹੈ ਜਿੱਦਾਂ ਕੁਛ ਬੱਚੇ ਅਗਰ 6 ਘੰਟੇ ਵੀ ਪੜ੍ਹ ਲੈਣ ਫਿਰ ਵੀ ਉਹਨਾਂ ਦੇ ਗ੍ਰੇਡਸ ਲਾਈਕ ਇੰਨੇ ਚੰਗੇ ਨਹੀਂ ਹੁੰਦੇ ਪਰ ਲਾਈਕ ਕੁਛ ਬੱਚੇ ਹੁੰਦੇ ਆ ਜਿਹੜੇ 2 ਘੰਟੇ ਹੀ ਪੜ੍ਹਦੇ ਆ ਪਰ ਉਹਨਾਂ ਦੇ ਜਿਹੜੇ ਗ੍ਰੇਡਸ ਹੁੰਦੇ ਉਹ ਬਹੁਤ ਚੰਗੇ ਆਉਂਦੇ ਆ ਅਤੇ ਉਹ ਇਸ ਲਈ ਹੁੰਦਾ ਕਿ ਜਿਹੜੇ 6 ਘੰਟੇ ਪੜ੍ਹਦੇ ਆ ਉਹਦਾ ਡਿਸਟਰੈਕਟ ਛੇਤੀ ਹੋ ਜਾਂਦੇ ਆ ਅਤੇ ਉਹਨਾਂ ਨੂੰ ਧਿਆਨ ਜ਼ਿਆਦਾ ਲਾਉਣਾ ਚਾਹੀਦਾ ਅਤੇ ਸਾਨੂੰ ਬਣਨਾ ਚਾਹੀਦਾ ਕਿ ਆਪਾਂ 2 ਘੰਟੇ ਹੀ ਪੜ੍ਹੀਏ ਪਰ ਪੜ੍ਹੀਏ ਵਿਦਆਊਟ ਡਿਸਟਰੈਕਸ਼ਨਸ ਐਂਡ ਜਿਹੜਾ ਬੈਸਟ ਟਾਈਮ ਹੈਗਾ ਪੜ੍ਹਨ ਦਾ ਦੋ ਟਾਈਮ ਹੁੰਦੇ ਆ ਇੱਕ ਟਾਈਮ ਹੁੰਦਾ ਸਵੇਰੇ 5 ਵਜੇ ਤੋਂ ਲੈ ਕੇ 7 ਵਜੇ ਤੱਕ ਐਂਡ ਦੂਜਾ ਹੁੰਦਾ ਕਿ ਰਾਤ ਦੇ 8 ਵਜੇ ਤੋਂ ਲੈ ਕੇ 12 ਵਜੇ ਤੱਕ ਐਂਡ ਜਦੋਂ ਨੋਟ ਇੱਕ ਇੰਪੋਰਟੈਂਟ ਨੋਟ ਹੈ ਜਦੋਂ ਸਾਨੂੰ ਹੋਮਵਰਕ ਮਿਲਦਾ ਹੋਮਵਰਕ ਇਹ ਲਾਈਕ ਇਹ ਨਹੀਂ ਹੁੰਦਾ ਕਿ ਸਾਨੂੰ ਅਸਾਈਨਮੈਂਟ ਹੈਗੀ ਹੈ ਅਤੇ ਸਾਨੂੰ ਲਾਈਕ ਪੁਆਇੰਟਸ ਮਿਲਣਗੇ ਜਾਂ ਮਾਰਕਸ ਮਿਲਣਗੇ ਹੋਮਵਰਕ ਹੁੰਦਾ ਜਿਹੜੀ ਸਾਡੀ ਅਸੈਸਮੈਂਟ ਹੁੰਦੀ ਹੈ ਕਿ ਆਪਾਂ ਜੋ ਅੱਜ ਸਿੱਖਿਆ ਉਹ ਸਾਨੂੰ ਯਾਦ ਹੈ ਸਾਨੂੰ ਸਮਝ ਲੱਗਦੀ ਵੀ ਹੈ ਆਪਾਂ ਕੀ ਸਿੱਖਿਆ ਅਤੇ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਕਿ ਜਿਹੜਾ ਆਪਾਂ ਟਾਈਮ ਹੋਮਵਰਕ ਸਪੈਂਡ ਕਰਦੇ ਹਾਂ ਇਹ ਇਹਦਾ ਇਹ ਮਤਲਬ ਹੁੰਦਾ ਕਿ ਆਪਾਂ ਪੜ੍ਹਦੇ ਪਿਆ ਪੜ੍ਹਨਾ ਅਤੇ ਹੋਮਵਰਕ ਕਰਨਾ ਦੋ ਵੱਖਰੀ ਚੀਜ਼ਾਂ ਹੈਗੀਆਂ ਜਿੱਦਾਂ ਹੋਮਵਰਕ ਕਰਨਾ ਅਤੇ ਜਿਹੜੀ ਆਪਾਂ ਲਾਈਕ ਕਲਾਸ ਵਿੱਚ ਆਪਾਂ ਵਾਪਿਸ ਲਾਈਕ ਸਕੂਲ ਨੂੰ ਦੇਣਾ ਪਰ ਜਿਹੜਾ ਆਪਾਂ ਪੜ੍ਹਨਾ ਉਹ ਆਪਾਂ ਜਿਹੜਾ ਰਿਵੀਜ਼ਨ ਕਰਨੀ ਹੈ ਜਿਹੜਾ ਆਪਾਂ ਹੋਮਵਰਕ ਕੀਤਾ ਅਤੇ ਸਾਨੂੰ ਲਾਈਕ ਐਵਰੀ ਟਾਈਮ ਹੋਮਵਰਕ ਕਰਨ ਤੋਂ ਬਾਅਦ ਐਟਲੀਸਟ ਰਿਵੀਜ਼ਨ ਕਰ ਲੈਣੀ ਚਾਹੀਦੀ ਹੈ ਅਤੇ ਉਸ ਤੋਂ ਬਾਅਦ ਆਪਾਂ ਇੱਕ ਕੁਐਸਚਨ ਕੀਤਾ ਸੀ ਕਿ ਜਦੋਂ ਆਪਾਂ ਪੜ੍ਹਦੇ ਹੁੰਦੇ ਹਾਂ ਸਾਨੂੰ ਆਪਣਾ ਡੋਰ ਲੌਕ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਅਤੇ ਉਹਦੇ ਵਿੱਚ ਦੋ ਪਰਸਪੈਕਟਿਵਸ ਹੈਗੇ ਆ ਗੁੱਡ ਅਤੇ ਬੈਡ ਅਤੇ ਜਿਹੜਾ ਗੁੱਡ ਹੈਗਾ ਉਹ ਹੈਗਾ ਕਿ ਫਿਰ ਆਪਾਂ ਮੋਰ ਕੰਸਨਟ੍ਰੇਟ ਕਰਕੇ ਪੜ੍ਹਦੇ ਹਾਂ ਲਈ ਜਿਹੜੀ ਬਾਹਰ ਤੋਂ ਆਵਾਜ਼ਾਂ ਆਉਂਦੀਆਂ ਪਈਆਂ ਉਹ ਸਾਡੇ ਕਮਰੇ ਵਿੱਚ ਲਾਈਕ ਨਹੀਂ ਆਉਣਗੀਆਂ ਅਤੇ ਫਿਰ ਅਗਰ ਲੌਕ ਕਰਾਂਗੇ ਤਾਂ ਫਿਰ ਲਾਈਕ ਸਾਨੂੰ ਵਾਰ ਵਾਰ ਕੋਈ ਸਾਨੂੰ ਤੰਗ ਨਹੀਂ ਕਰੇਗਾ ਲਾਈਕ ਵਾਰ ਵਾਰ ਲਾਈਕ ਸਾਡੇ ਸਿਬਲਿੰਗਸ ਜਿਹੜੇ ਛੋਟੇ ਹੁੰਦੇ ਵਾਰ ਵਾਰ ਕਮਰੇ ਵਿੱਚ ਆ ਕੇ ਨਾ ਤੰਗ ਕਰਨ ਐਂਡ ਉਹਦੇ ਵਿੱਚ ਬੈਡ ਵੀ ਹੈਗਾ ਪਰਸਪੈਕਟਿਵ ਉਹ ਹੈਗਾ ਕਿ ਜਦੋਂ ਆਪਾਂ ਇਕੱਲੇ ਹੁੰਦੇ ਹਾਂ ਸਾਨੂੰ ਇੱਦਾਂ ਲੱਗਦਾ ਕਿ ਸਾਨੂੰ ਕੋਈ ਦੇਖਦਾ ਨਹੀਂ ਪਿਆ ਅਤੇ ਆਪਾਂ ਜਿਹੜਾ ਲਾਈਕ ਸਾਡੇ ਕੋਲ ਅਗਰ ਕੋਈ ਇਲੈਕਟ੍ਰੋਨਿਕ ਪਈ ਹੋਏਗੀ ਅਤੇ ਆਪਾਂ ਉਹਦੇ 'ਤੇ ਜਾ ਸਕਦੇ ਹਾਂ ਅਤੇ ਉਹ ਜਦੋਂ ਐਂਡ ਲਾਈਕ ਆਪਾਂ ਲਾਈਕ ਸੋ ਵੀ ਸਕਦੇ ਹਾਂ ਜਾਂ ਕੁਛ ਨਾ ਕੁਛ ਹੋਰ ਕਰ ਸਕਦੇ ਹਾਂ ਪੜ੍ਹਾਈ ਦੇ ਬਜਾਏ ਫਿਰ ਉਸ ਤੋਂ ਬਾਅਦ ਲਾਈਕ ਆਪਾਂ ਇਹ ਕਿਹਾ ਸੀ ਕਿ ਪੇਰੈਂਟਸ ਕੋਲ ਰਾਈਟ ਹੈਗੀ ਹੈ ਕਿ ਸਾਡੇ ਕਮਰੇ ਵਿੱਚ ਆਉਣ ਲਈ ਆ ਸਕਦੇ ਆ ਕਿਉਂਕਿ ਉਹ ਸਾਡੀ ਚਿੰਤਾ ਕਰਦੇ ਹਨ ਇਸ ਲਈ ਉਹ ਸਾਡੇ 'ਤੇ ਚੈੱਕ ਕਰਦੇ ਆ ਕਿ ਆਪਾਂ ਲਾਈਕ ਕੋਨਸਨਟ੍ਰੇਟ ਕਰਦੇ ਪਏ ਹਾਂ ਜਾਂ ਆਪਾਂ ਸੋਤੇ ਨਹੀਂ ਗਏ ਹਾਂ ਇੱਦਾਂ
ਫਿਰ ਉਹਨਾਂ ਕੋਲ ਇੱਕ ਲਾਈਫ ਐਕਸਪੀਰੀਅੰਸ ਵੀ ਹੈਗਾ ਤੇ ਉਹਨਾਂ ਨੂੰ ਪਤਾ ਹੈਗਾ ਕਿ ਆਪਾਂ ਹੁਣ ਸਾਡੀ ਏਜ ਹੈਗੀ ਤਾਂ ਆਪਾਂ ਦੇ ਗਲਤ ਰਾਹ ਨਾ ਪੈ ਜਾਈਏ ਤੇ ਸਾਨੂੰ ਉਹ ਇਸ ਲਈ ਗਾਈਡ ਕਰਨਾ ਚਾਹੁੰਦੇ ਆ ਤੇ ਆਪਾਂ ਆ ਸਿੱਖਿਆ ਸੀ ਅੱਜ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ओके बेटा जी, वाहिगुरु जी का खालसा वाहिगुरु जी की फतेह। बहुत अच्छे हरसीन पुत, शाबाशी। आज नवा साल, नवे साल में सारा ने बहुत कुछ सीखा बेटा जी, ते हुण आपां बाकी जिहड़े क्वेश्चन आंसर ने वो नैक्सट क्लास में करांगे पुत, ठीक है ना। ते अज तुहाडा सारयां दा धन्नवाद, तुहानू सारयां नू नवे साल दियां बहुत बहुत बधाइयां, ठीक है। वाहिगुरु सच्चे पातशाह कृपा करन, सारे तुसी गुरु साहिब तों सिखते रहो, एक चंगे गुरसिख बनो और सतगुर सच्चे पातशाह सानू सारयां नू समत बख्शन, नवा साल खुशियां भरिया होवे, ठीक है। नैक्सट क्लास सैटरडे नू होएगी 9 तरीक नू, ते 10 तरीक नू यूट्यूब दे उपर सहज पाठ अर्थां समेत शुरू होएगा, वो मैं 9 तरीक दी क्लास में तुहानू दसांगा। सारे बेटा जी आपां नैक्सट क्लास में मिलांगे। ओके बेटे, वाहिगुरु जी बाय का खालसा वाहिगुरु जी की बाबा फतेह। जी नवे साल दियां तुहानू बधाई। हाँ प्रीति, 10 मिनट हाँ पुत्र, हाँ अमृति। मैं कह रही हूँ तेरे 2 क्वेश्चन पूछने सी। फर्स्ट क्वेश्चन नेक्स्ट क्लास, कि नेक्स्ट क्लास, गुरु नेक्स्ट क्लास बेटा जी, नेक्स्ट क्लास विच पूछांगे। ओके नेक्स्ट लिख के रखियो पुत्र। हाँ ओके ओके बेटे, वाहिगुरु जी का जी का खालसा खालसा वाहिगुरु वाहिगुरु जी की की फतेह। फतेह।